ਇਸ ਵੀਡੀਓ ਦਾ ਸਾਡਾ ਟੌਪਿਕ ਰਹੇਗਾ ਕਿ ਕਯੂ ਕਾਰਡ ਜਿਹੜਾ ਡਿਸਕ੍ਰਾਈਬ ਸਮਥਿੰਗ ਦੈਟ ਯੂ ਹੈਵ ਸ਼ੇਅਰਡ ਵਿਦ ਸਮਵਨ অর ਅਨਦਰ ਪਰਸਨ ਕਿਸੇ ਚੀਜ਼ ਬਾਰੇ ਗੱਲ ਕਰਨੀ ਹੈ ਜਿਹੜੀ ਤੁਸੀਂ ਸ਼ੇਅਰ ਕੀਤੀ ਸੀ ਕਿਸੇ ਪਰਸਨ ਦੇ ਨਾਲ ਵਾਟ ਯੂ ਸ਼ੇਅਰਡ ਕੀ ਤੁਸੀਂ ਸ਼ੇਅਰ ਕੀਤਾ ਸੀਗਾ ਵੈਨ ਯੂ ਸ਼ੇਅਰਡ ਇਟ ਕਦੋਂ ਤੁਸੀਂ ਸ਼ੇਅਰ ਕੀਤੀ ਸੀ ਉਹ ਚੀਜ਼ ਹੂ ਯੂ ਸ਼ੇਅਰਡ ਇਟ ਵਿਦ ਕਿਹਦੇ ਨਾਲ ਸ਼ੇਅਰ ਕੀਤੀ ਸੀ ਐਂਡ ਐਕਸਪਲੇਨ ਵਾਈ ਯੂ ਸ਼ੇਅਰਡ ਇਟ অর ਹਾਊ ਯੂ ਫੈਲਟ ਵੈਨ ਯੂ ਸ਼ੇਅਰਡ ਇਟ ਕਿਉਂ ਤੁਸੀਂ ਸ਼ੇਅਰ ਕੀਤੀ ਸੀ ਤੇ ਤੁਸੀਂ ਕਿਦਾਂ ਦਾ ਫੀਲ ਕੀਤਾ ਸੀਗਾ ਉਹ ਚੀਜ਼ ਸ਼ੇਅਰ ਕਰਕੇ ਇਨਡੀਡ ਸ਼ੇਅਰਿੰਗ ਇਜ਼ ਅ ਗੁੱਡ ਡੀਡ ਇਨਡੀਡ ਦਾ ਮਤਲਬ ਹੁੰਦਾ ਸੱਚਮੁੱਚ ਸ਼ੇਅਰਿੰਗ ਇਜ਼ ਅ ਗੁੱਡ ਡੀਡ ਮਤਲਬ ਉਹ ਕਿ ਬਹੁਤ ਵਧੀਆ ਕੰਮ ਆ ਬਹੁਤ ਵਧੀਆ ਗੱਲ ਆ ਐਂਡ ਵਨ ਕੈਨ ਸੀਕ ਬਲੇਸਿੰਗ ਬਾਈ ਸ਼ੇਅਰਿੰਗ ਐਨੀਥਿੰਗ ਵਿਦ ਅ ਪਰਸਨ ਕੋਈ ਪਰਸਨ ਜਿਹੜਾ ਆ ਦੁਆਵਾਂ ਲੈ ਸਕਦਾ ਆ ਕੋਈ ਨਾ ਕੋਈ ਕਿਸੇ ਦੀ ਹੈਲਪ ਕਰਕੇ ਕੋਈ ਚੀਜ਼ ਸ਼ੇਅਰ ਕਰਕੇ ਹੇਅਰ ਆਈ ਊਡ ਲਾਈਕ ਟੂ ਸ਼ੇਅਰ ਸਮ ਲਾਈਟ ਔਨ ਅ ਟਾਈਮ ਵੈਨ ਆਈ ਸ਼ੇਅਰਡ ਮਾਈ ਲੈਪਟਾਪ ਵਿਦ ਮਾਈ ਨੇਬਰਹੂਡ ਫਰੈਂਡ ਅੱਜ ਮੈਂ ਗੱਲ ਕਰੂੰਗਾ ਉਸ ਟਾਈਮ ਦੇ ਬਾਰੇ ਜਦੋਂ ਮੈਂ ਆਪਣਾ ਲੈਪਟਾਪ ਸ਼ੇਅਰ ਕੀਤਾ ਸੀ ਆਪਣੇ ਨੇਬਰਹੂਡ ਫਰੈਂਡ ਦੇ ਨਾਲ ਮਤਲਬ ਮੇਰਾ ਗੁਆਂਢ 'ਚ ਜਿਹੜਾ ਫਰੈਂਡ ਰਹਿੰਦੇ ਸੀ ਉਹਦੇ ਨਾਲ ਹਾਈ एवरीवन ਲੈਮਨੈਂਸ ਲੈਮਨੈਂਸ ਮਤਲਬ ਰਿਮੈਂਬਰ ਲਾਸਟ ਈਅਰ ਡਿਊਰਿੰਗ ਕੋਵਿਡ 19 ਪੈਂਡੈਮਿਕ ਜਦੋਂ ਕੋਵਿਡ 19 ਵਾਲਾ ਪੈਂਡੈਮਿਕ ਸੀਗਾ ਕਰੋਨਾ ਦਾ ਟਾਈਮ ਸੀਗਾ 올 ਦਾ ਐਲਮੋਮੇਟਰਸ ਐਂਡ ਗਵਰਨਮੈਂਟ ਐਂਡ ਪ੍ਰਾਈਵੇਟ ਆਫਿਸਰਸ ਵਰ ਕਲੋਸਡ ਜਿੰਨੇ ਵੀ ਸਾਰੇ ਸਕੂਲ ਇੰਸਟੀਟਿਊਟ ਸੀਗੇ ਜਾਂ ਗਵਰਨਮੈਂਟ ਜਾਂ ਕੋਈ ਪ੍ਰਾਈਵੇਟ ਅਦਾਰੇ ਸੀਗੇ ਸਾਰੇ ਬੰਦ ਸੀਗੇ no one went outside for getting something koi person vi bahar nahi se janda koi vi cheez lain de layi at that time the prime minister of india announced to teach the students online ta odo jehde prime minister se si india de ohna ne announce kita ki bachiyan di online classes shuru kitiyan jaan taaki ohna di study da jehda loss na hoy so it was quite arduous for most of the aspirants to attend online classes on mobile phone so kafi difficult siga ਬਹੁਤ ਸਾਰੇ ਬੱਚਿਆਂ ਦੇ ਲਈ ਅਸਪੀਰੈਂਟਸ ਹੁੰਦੇ ਆ ਲਰਨਰਸ ਲਰਨਰਸ ਦੇ ਲਈ ਆਨਲਾਈਨ ਕਲਾਸਸ ਨੂੰ ਅਟੈਂਡ ਕਰਨਾ ਉਹ ਵੀ ਮੋਬਾਈਲ ਫੋਨ ਤੇ ਮਾਈ ਸਾਈਡ ਦਿਸ ਇਸ ਤੋਂ ਇਲਾਵਾ ਮਾਈ ਚਾਈਲਡਹੂਡ ਕਾਮਰੇਡ ਅਮਨ who lives around the corner of my abode faced a lot of difficulty in online classes ਜਿਹੜਾ ਮੇਰਾ ਚਾਈਲਡਹੂਡ ਬਚਪਨ ਦਾ ਸਾਥੀ ਸੀਗਾ ਕਾਮਰੇਡ ਮਤਲਬ ਫਰੈਂਡ ਉਹ ਮੇਰੇ ਘਰ ਦੇ ਜਿਹੜਾ ਬਿਲਕੁਲ ਕੋਲ ਰਹਿੰਦਾ ਹੈ ਅਰਾਊਂਡ ਦਾ ਕਾਰਨਰ ਹੁੰਦਾ ਹੈ ਬਿਲਕੁਲ ਨੀਅਰ ਹੈ ਸਾਡੇ ਕਿਡਿਮਾ ਅਬੋਡ ਮਤਲਬ ਹੋਮ because he didn't have android phone as his family was earning hand to mouth kyunki ohde kol android phone nahi sega kyunki ohdi family hand to mouth earn kari se earning hand to mouth da onda mushkil na guzara chal reya hona so he was pissed off oh faisle kaafi sad sega pissed off da matlab hunde hai sad se vocabulary word honda hai no doubt he was a brilliant student but he was unable to attend the classes ਐਸਵੇ ਜੇ ਕੋਈ ਸ਼ੱਕ ਨਹੀਂ ਕਿ ਉਹ ਬਹੁਤ ਇੰਟੈਲੀਜੈਂਟ ਬੱਚਾ ਸੀਗਾ ਪਰ ਫਿਰ ਵੀ ਉਹ ਕਲਾਸਸ ਅਟੈਂਡ ਨਹੀਂ ਕਰ ਪਾਰ ਰਿਹਾ ਸੀ ਐਟ दैट ਟਾਈਮ ਉਸ ਟਾਈਮ ਤੇ ਆਈ ਆਫਰਡ ਮਾਈ ਲੈਪਟਾਪ ਟੂ ਹਿਮ ਫਾਰ ਆਨਲਾਈਨ ਕਲਾਸਸ ਮੈਂ ਉਹਨੂੰ ਆਪਣਾ ਲੈਪਟਾਪ ਜਿਹੜਾ ਸੀ ਉਹ ਆਫਰ ਕੀਤਾ ਆਨਲਾਈਨ ਕਲਾਸਸ ਦੇ ਲਈ ਐਸ ਮਾਈ ਕਲਾਸਸ ਵਰ ਇਨ ਨੂਨ ਐਂਡ ਹਿਸ ਕਲਾਸਸ ਵਰ ਇਨ ਮਾਰਨਿੰਗ ਕਿਉਂਕਿ ਮੇਰੀਆਂ ਕਲਾਸਸ ਦੁਪਹਿਰ ਦੇ ਹੁੰਦੀਆਂ ਸੀ ਔਰ ਉਸਦੀਆਂ ਕਲਾਸਸ ਮਾਰਨਿੰਗ ਦੇ ਹੁੰਦੇ ਸੀ ਸੋ ਆਈ ਸ਼ੇਅਰਡ ਮਾਈ ਲੈਪਟਾਪ ਵਿਦ ਹਿਮ ਸੋ ਇਸ ਕਰਕੇ ਉਹਦੋਂ ਮੈਂ ਆਪਣਾ ਲੈਪਟਾਪ ਉਹਦੇ ਨਾਲ ਸ਼ੇਅਰ ਕੀਤਾ ਵਿਦ ਥਿਸ ਹੀ ਫੈਲਟ ਇਲੇਟਡ ਇਹਦੇ ਨਾਲ ਉਹ ਕਾਫੀ ਖੁਸ਼ ਹੋਇਆ ਐਂਡ ਥੈਂਕ ਮੀ ਅਲੋਟ ਔਰ ਮੇਰਾ ਉਸਨੇ ਥੈਂਕ ਯੂ ਕੀਤਾ ਓਨੈਸਟਲੀ ਸਪੀਕਿੰਗ ਮਾਈ ਹੈਪੀਨੈਸ ਹੈਡ ਨੋ ਬਾਉਂਡਸ ਮਤਲਬ ਮੇਰੀ ਖੁਸ਼ੀ ਦੀ ਕੋਈ ਹੱਦ ਨਾ ਰਹੀ ਵੈਨ ਹੀ ਕਲੀਅਰਡ ਹਿਸ ਐਗਜ਼ਾਮੀਨੇਸ਼ਨ ਵਿਦ ਫਲਾਈਂਗ ਕਲਰਸ ਜਦੋਂ ਉਹਨੇ ਆਪਣੇ ਐਗਜ਼ਾਮ ਨੂੰ ਚੰਗੇ ਨੰਬਰਾਂ ਦੇ ਨਾਲ ਪਾਸ ਕੀਤਾ ਸੀ ਵਿਦ ਫਲਾਈਂਗ ਕਲਰ ਮਤਲਬ ਗੁੱਡ ਮਾਰਕਸ ਦੇ ਨਾਲ ਐਗਜ਼ਾਮੀਨੇਸ਼ਨ ਕਲੀਅਰ ਕਰਨਾ ਵੈਨ ਹੀ ਥੈਂਕਡ ਮੀ ਫਾਰ ਸ਼ੇਅਰਿੰਗ ਮਾਈ ਲੈਪਟਾਪ ਜਦੋਂ ਮੇਰਾ ਥੈਂਕ ਯੂ ਕਰ ਰਿਹਾ ਸੀਗਾ ਅਬ ਮੇਰਾ ਲੈਪਟਾਪ ਜਦ ਜਿਹੜਾ ਮੈਂ ਉਹਨਾਂ ਸ਼ੇਅਰ ਕੀਤਾ ਸੀਗਾ ਹੀ ਵਾਸ ਇਨ ਟੀਅਰਸ ਆਫ ਹੈਪੀਨੈਸ ਉਹਦੇ ਅੱਖਾਂ ਦੇ ਵਿੱਚ ਅਥਰੂ ਸੀਗੇ ਖੁਸ਼ੀ ਦੇ ਅਥਰੂ ਐਟ ਦੈਟ ਟਾਈਮ ਆ ਹੱਗਡ ਹਿਮ ਟਾਈਟ ਐਂਡ ਰਿਅਲਾਈਜ਼ਡ ਦੈਟ ਹੈਲਪਿੰਗ ਅਦਰਸ ਗੇਵਸ ਅ ਗ੍ਰੇਟ ਕੰਟੈਂਟਮੈਂਟ ਇਨ ਲਾਈਫ ਤਾਂ ਮੈਂ ਉਹਨੂੰ ਉਦੋਂ ਗੱਲੇ ਲਗਾ ਲਿਆ ਔਰ ਰਿਅਲਾਈਜ਼ ਕੀਤਾ ਕਿ ਕਿਸੇ ਦੀ ਹੈਲਪ ਕਰਨ ਦੇ ਨਾਲ ਇੱਕ ਅੰਤਰੂਨੀ ਸ਼ਾਂਤੀ ਮਿਲਦੀ ਹੈ ਗ੍ਰੇਟ ਕੰਟੈਂਟਮੈਂਟ ਮਤਲਬ ਬਹੁਤ ਜ਼ਿਆਦਾ ਖੁਸ਼ੀ ਹੋਣਾ ਇਹਦੀ ਜਗ੍ਹਾ ਤੇ ਤੁਸੀਂ ਇਨਰ ਕੰਟੈਂਟਮੈਂਟ ਇਨਰ ਗ੍ਰੈਟੀਫਿਕੇਸ਼ਨ ਵੀ ਬੋਲ ਸਕਦੇ ਹੋ ਟੂ ਕਟ ਦਾ ਲੌਂਗ ਸਟੋਰੀ ਸ਼ਾਰਟ ਥਿਸ ਇਜ਼ ਐਨ ਆਡੀਅਮ ਫॉर ਐਂਡਿੰਗ ਥਿਸ ਵਾਸ ਦਾ ਟਾਈਮ ਵੈਨ ਆਈ ਸ਼ੇਅਰਡ ਸਮਥਿੰਗ ਵਿਦ ਅਨਦਰ ਪਰਸਨ ਇਹ ਟਾਈਮ ਸੀਗਾ ਜਦ ਮੈਂ ਕੋਈ ਚੀਜ਼ ਕਿਸੇ ਪਰਸਨ ਨਾਲ ਸ਼ੇਅਰ ਕੀਤੀ ਸੀ ਐਂਡ ਇਟ ਵਾਸ ਐਨ ਇਲੈਕਟ੍ਰੀਫਾਈਂਗ ਐਕਸਪੀਰੀਅੰਸ ਫॉर ਮੀ ਐਵਰ ਔਰ ਇਹ ਮੇਰੇ ਲਈ ਇੱਕ ਨਾ ਭੁੱਲਣ ਵਾਲਾ ਐਕਸਪੀਰੀਅੰਸ ਸੀਗਾ ਸੋ ਇਹ ਸੀ ਸਾਡਾ ਅੱਜ ਦਾ ਕਿਊ ਕਾਰਡ ਹੁਣ ਅਸੀਂ ਕਰਦੇ ਇਸੇ ਫਾਲੋ ਅਪ ਕੁਐਸਚਨਸ ਫਰਸਟ ਫਾਲੋਅ ਅਪ ਕੁਐਸਚਨ ਸਾਡਾ ਰਹੇਗਾ ਡੂ ਪੀਪਲ ਇਨ ਯੂਅਰ ਕੰਟਰੀ ਪ੍ਰੇਫਰ ਟੂ ਸ਼ੇਅਰ ਪਬਲਿਕ ਟਰਾਂਸਪੋਰਟ অর ਡੂ ਦੇ ਪ੍ਰੇਫਰ ਟੂ ਯੂਜ਼ ਪ੍ਰਾਈਵੇਟ ਟਰਾਂਸਪੋਰਟ ਜਿਹੜੇ ਲੋਕ ਆ ਤੁਹਾਡੀ ਕੰਟਰੀ ਤੇ ਉਹ ਪਬਲਿਕ ਟਰਾਂਸਪੋਰਟ ਯੂਜ਼ ਕਰਨਾ ਪਸੰਦ ਕਰਦੇ ਆ ਜਾਂ ਪ੍ਰੇਫਰ ਕਰਦੇ ਆ ਕਿ ਪ੍ਰਾਈਵੇਟ ਟਰਾਂਸਪੋਰਟ ਜਿਹੜਾ ਹੈ ਉਹ ਯੂਜ਼ ਕੀਤਾ ਜਾਵੇ ਵੈਲ ਇਟ ਡਿਪੈਂਡਸ ਅਪਨ ਪਰਸਨ ਟੂ ਪਰਸਨ ਇਹ ਪਰਸਨ ਟੂ ਪਰਸਨ ਡਿਪੈਂਡ ਕਰਦਾ ਹੈ ਕੁਝ ਪਰਸਨ ਐਸੇ ਨੇ ਜਿਨ੍ਹਾਂ ਨੂੰ ਪ੍ਰਾਈਵੇਟ ਵਹੀਕਲ ਤੇ ਜਾਣਾ ਪਸੰਦ ਆ ਕੁਝ ਐਸੇ ਨੇ ਜਿਹੜੇ ਪਬਲਿਕ ਟਰਾਂਸਪੋਰਟ ਜਿਹੜੇ ਪ੍ਰੇਫਰ ਕਰਦੇ ਆ ਮੋਸਟ ਆਫ ਦਾ ਆਪਿਲੈਂਟ ਇੰਡੀਵਿਜੂਅਲਸ ਆਪਿਲੈਂਟ ਦਾ ਮਤਲਬ ਹੁੰਦਾ ਵੈਲਥੀ ਜਿਹੜੇ ਰਿਚ ਪਰਸਨ ਹੁੰਦੇ ਆ ਜਿਹੜੇ ਰਿਚ ਲੋਕ ਨੇ ਦੇ ਪ੍ਰੇਫਰ देयर ਪਰਸਨਲ ਵਹੀਕਲ ਇਨ ਆਰਡਰ ਟੂ ਗੈਟ देयर ਪ੍ਰਾਈਵੇਸੀ ਐਂਡ ਕਨਵੀਨੀਅੰਸ ਉਹ ਪਰਸਨਲ ਵਹੀਕਲ ਯੂਜ਼ ਕਰਦੇ ਤਾਂ ਕਿ ਉਹਨਾਂ ਨੂੰ ਪ੍ਰਾਈਵੇਸੀ ਮਿਲ ਸਕੇ ਔਰ ਉਹਨਾਂ ਦੇ ਲਈ ਆਸਾਨ ਰਹਿ ਸਕੇ ਕਿਉਂਕਿ ਉਹਨਾਂ ਨੂੰ ਜਰਨੀ ਦੇ ਵਿੱਚ ਕੋਈ ਪ੍ਰੋਬਲਮ ਨਾ ਹੋਵੇ ਵੇਅਰ ਐਸ ਜਦ ਕਿ ਮਿਡਲ ਕਲਾਸ ਫੈਮਲੀਸ ਪ੍ਰੇਫਰ ਪਬਲਿਕ ਟਰਾਂਸਪੋਰਟ ਬਿਕਾਜ਼ ਇਟ ਸੂਟਸ देयर ਪਾਕਟ ਵੈਲ ਜਿਹੜੇ ਮਿਡਲ ਕਲਾਸ ਫੈਮਲੀਸ ਨੇ ਉਹ ਪਬਲਿਕ ਟਰਾਂਸਪੋਰਟ ਜਿਹੜਾ ਉਹਨੂੰ ਪ੍ਰੇਫਰ ਕਰਦੇ ਆ ਕਿਉਂਕਿ ਇਹ ਉਹਨਾਂ ਦੇ ਲਈ ਅਫੋਰਡੇਬਲ ਹੁੰਦਾ ਆ ਆ ਸਾਡਾ ਈਡੀਅਮ ਹੁੰਦਾ ਇਟ ਸੂਟਸ देयर ਪਾਕਟ ਵੈਲ ਇਹਦਾ ਮਤਲਬ ਹੁੰਦਾ ਅਫੋਰਡੇਬਲ ਤਾਂ ਤੁਸੀਂ ਈਡੀਅਮ ਵੀ ਲਗਾ ਸਕਦੇ ਹੋ ਔਰ ਵੋਕੈਬਲਰੀ ਵਰਡ ਵੀ ਯੂਜ਼ ਕਰ ਸਕਦੇ ਹੋ ਸੈਕੰਡ ਕੁਐਸਚਨ ਇਜ਼ ਡੂ ਮੈਨੀ ਪੀਪਲ ਇਨ ਯੂਅਰ ਕੰਟਰੀ ਸ਼ੇਅਰ देयर ਹੋਮ ਵਿਦ ਅਦਰਸ ਆਰ ਦੇ ਮੋਸਟਲੀ ਲਿਵ ਅਲੋਨ ਕੀ ਜ਼ਿਆਦਾਤਰ ਤੁਹਾਡੀ ਕੰਟਰੀ ਦੇ ਲੋਕ ਜਿਹੜੇ ਨੇ ਉਹ ਆਪਣਾ ਘਰ ਦੂਸਰਿਆਂ ਨਾਲ ਸ਼ੇਅਰ ਕਰਦੇ ਨੇ ਜਹਾਂ ਫਿਰ ਇਕੱਲੇ ਰਹਿੰਦੇ ਨੇ ਐਸ ਫਾਰ ਐਸ ਆਈ ਨੋ ਐਵੀ ਸਾਡੇ ਕਿਹੜੇ ਮੁੰਡੇ ਹੈ ਕਿ ਜਿੰਨਾ ਕ ਤਾਂ ਮੈਨੂੰ ਪਤਾ ਆ ਮੋਸਟ ਆਫ ਦਾ ਇੰਡੀਵਿਜੂਅਲਸ ਆਫ ਮਾਈ ਨੇਸ਼ਨ ਲਵ ਟੂ ਲਿਵ ਅਲੋਨ ਜ਼ਿਆਦਾਤਰ ਮੇਰੀ ਕੰਟਰੀ ਦੇ ਜਿਹੜੇ ਲੋਕ ਨੇ ਉਹ ਇਕੱਲੇ ਰਹਿਣਾ ਪਸੰਦ ਕਰਦੇ ਨੇ ਮਤਲਬ ਕਿ ਕਿਸੇ ਨਾਲ ਘਰ ਸ਼ੇਅਰ ਨਹੀਂ ਕਰਨਾ ਚਾਹੁੰਦੇ ਤੇ ਡੋਨਟ ਵਾਂਟ ਐਨੀ ਕਾਈਂਡ ਆਫ ਇੰਟਰਫੀਰੈਂਸ ਇਨ देयर ਲਾਈਫ ਉਹ ਕਿਸੇ ਵੀ ਤਰ੍ਹਾਂ ਦੀ ਕੋਈ ਇੰਟਰਫੀਰੈਂਸ ਨਹੀਂ ਚਾਹੁੰਦੇ ਆਪਣੀ ਲਾਈਫ ਦੇ ਵਿੱਚ ਇਵਨ ਇਨ ਰੈਂਟਡ ਹਾਊਸਸਸ ਦੇ ਪ੍ਰੀਫਰ ਟੂ ਲਿਵ ਅਲੋਨ ਇਵੇਂ ਜਿਹੜੇ ਰੈਂਟ ਤੇ ਵੀ ਘਰ ਲੈ ਕੇ ਰਹਿੰਦੇ ਨੇ ਉਹ ਵੀ ਫੈਮਿਲੀ 'ਚ ਇਕੱਲਿਆਂ ਰਹਿਣਾ ਪਸੰਦ ਕਰਦੇ ਆ ਨਾ ਕਿਸੇ ਹੋਰ ਫੈਮਿਲੀ ਦੇ ਨਾਲ ਰਹਿਣਾ ਪਸੰਦ ਨਹੀਂ ਕਰਦੇ ਆ 3rd ਕੁਐਸਚਨ ਇਜ਼ ਡੂ ਯੂ ਥਿੰਕ ਥੇਅਰ ਆ ਐਨੀ ਐਡਵਾਂਟੇਜਸ ਟੂ ਸ਼ੇਅਰਿੰਗ ਯਰ ਹੋਮ ਵਿਦ ਅਦਰ ਨਾਨ ਫੈਮਿਲੀ ਪੀਪਲ ਕੀ ਤੁਹਾਨੂੰ ਲੱਗਦਾ ਆ ਕਿ ਇਹਦੇ ਕੋਈ ਐਡਵਾਂਟੇਜਸ ਹੈਗੀਆਂ ਆ ਕਿ ਅਗਰ ਕੋਈ ਪਰਸਨ ਜਿਹੜਾ ਹੈ ਕਿਸੇ ਨਾਨ ਫੈਮਿਲੀ ਦੇ ਨਾਲ ਜਿਹੜੇ ਨੂੰ ਉਹਨਾਂ ਨੇ ਆਪਣਾ ਘਰ ਸ਼ੇਅਰ ਕਰਦੇ ਆ ਕਿਸੇ ਹੋਰ ਫੈਮਿਲੀ ਨਾਲ ਵੈਲ देयर ਆਰ ਮੋਰ ਕਾਂਸ ਦੈਨ ਪ੍ਰੋਸ ਮੈਨੂੰ ਲੱਗਦਾ ਕਿ ਜ਼ਿਆਦਾ ਇਹਦੇ ਨੁਕਸਾਨ ਹੀ ਨੇ ਫਾਇਦਿਆਂ ਨਾਲੋਂ ਅਕੋਰਡਿੰਗ ਟੂ ਮੀ ਮੇਰੇ ਅਕੋਰਡਿੰਗ देयर इज अ ਸਿੰਗਲ ਬੈਨੀਫਿਟ ਫਾਰ ਰੈਂਟਰ ਮੈਨੂੰ ਲੱਗਦਾ ਕਿ ਇੱਕ ਸਿਰਫ ਸਿੰਗਲ ਬੈਨੀਫਿਟ ਰਹਿੰਦਾ ਉਹ ਕਿਹੜਾ ਹੈ ਰੈਂਟਰਸ ਦੇ ਲਈ ਰਹਿੰਦਾ ਹੈ ਜਿਹੜੇ ਰੈਂਟ ਤੇ ਰਹਿੰਦੇ ਨੇ ਐਸ देयर ਹਾਊਸ ਰੈਂਟ ਕੈਨ ਬੀ ਸ਼ੇਅਰਡ ਕਿਉਂਕਿ ਉਹਨਾਂ ਦਾ ਘਰ ਦਾ ਕਿਰਾਇਆ ਸ਼ੇਅਰ ਹੋ ਸਕਦਾ ਹੈ ਅਗਰ ਉਹ ਕਿਸੇ ਹੋਰ ਫੈਮਲੀ ਨਾਲ ਰਹਿੰਦੇ ਨੇ ਬਟ ਬਿਸਾਈਡ ਥਿਸ ਇਸ ਤੋਂ ਇਲਾਵਾ देयर वुड बी ਮੋਰ ਡਿਸਐਡਵਾਂਟੇਜਸ ਲਾਈਕ ਕਨਫਲਿਕਟਸ ਅਮੰਗ ਫੈਮਿਲੀਸ ਐਂਡ ਨੋ ਪ੍ਰਾਈਵੇਸੀ ਇਸ ਤੋਂ ਇਲਾਵਾ ਮੈਨੂੰ ਲੱਗਦਾ ਕਿ ਜਿਆਦਾ ਉਹਦੇ ਨੁਕਸਾਨ ਹੀ ਰਹਿਣਗੇ ਜਿਵੇਂ ਕਿ ਫੈਮਿਲੀਸ ਦੇ ਵਿੱਚ ਆਪਸੀ ਝਗੜੇ ਹੋਣਗੇ ਔਰ ਕਿਸੇ ਤਰ੍ਹਾਂ ਦੀ ਕੋਈ ਪ੍ਰਾਈਵੇਸੀ ਨਹੀਂ ਰਹੇਗੀ ਫੋਰਥ ਇਜ਼ ਵੁੱਡ ਯੂ ਐਵਰ ਸ਼ੇਅਰ ਯੋਰ ਫੂਡ ਵਿਦ ਸਮਵਨ ਐਲਸ ਕਿ ਤੁਸੀਂ ਕਦੇ ਕਿਸੇ ਨਾਲ ਫੂਡ ਸ਼ੇਅਰ ਕੀਤਾ ਹੈ ਆਫ ਕੋਰਸ ਮੈਨੀ ਟਾਈਮਸ ਕਾਫੀ ਟਾਈਮ ਕੀਤਾ ਹੈ ਸ਼ੇਅਰ ਮਾਈ ਫੂਡ ਵਿਦ ਮਾਈ ਸਿਬਲਿੰਗਸ ਆਪਣੇ ਭੈਣ ਭਰਾਵਾਂ ਨਾਲ ਵੀ ਸ਼ੇਅਰ ਕੀਤਾ ਐਂਡ ਇਨ ਸਕੂਲ ਵਿਦ ਮਾਈ ਕਾਮਰੇਡਸ ਔਰ ਸਕੂਲ ਦੇ ਵਿੱਚ ਮੈਂ ਆਪਣੇ ਫਰੈਂਡਸ ਦੇ ਨਾਲ ਵੀ ਫੂਡ ਸ਼ੇਅਰ ਕਰਦਾ ਹਾਂ ਸ਼ੂਰਲੀ ਆਈ ਵਿਲ ਸ਼ੇਅਰ ਇਟ ਵਿਦ ਮਾਈ ਲਵਡ ਵਨਸ ਇਨ ਫਿਊਚਰ ਟੂ ਔਰ ਅੱਗੇ ਚੱਲ ਕੇ ਵੀ ਮੈਂ ਆਪਣੇ ਲਵਡ ਵਨਸ ਨਾਲ ਆਪਣੇ ਚਾਹਣ ਵਾਲੇ ਦੇ ਨਾਲ ਫੂਡ ਸ਼ੇਅਰ ਕਰਕੇ ਜਾਊਂਗਾ ਇਟਸ ਅ ਗੁੱਡ ਥਿੰਕ ਫॉर ਮੀ ਸੋ ਐਵੇਂ ਕਰਕੇ ਤੁਸੀਂ ਆਨਸਰ ਕਰ ਸਕਦੇ ਹੋ ਸੋ ਇਹ ਸੀ ਸਾਡੀ ਅੱਜ ਦੀ ਵੀਡੀਓ ਜਿਸ ਦੇ ਵਿੱਚ ਅਸੀਂ ਕਵਰ ਕੀਤਾ ਹੈ ਇੱਕ ਕਯੂ ਕਾਰਡ ਔਰ ਉਸ ਦੇ ਰਿਗਾਰਡਿੰਗ ਜਿੰਨੇ ਵੀ ਫਾਲ ਅਪ ਕੁਸ਼ਨ ਨੇ ਸਾਰੇ ਉਮੀਦ ਹੈ ਕਿ ਤੁਹਾਡੇ ਲਈ ਬੈਨੀਫੀਸ਼ੀਅਰ ਹੋਏਗੀ ਸ਼ੇਅਰ ਥਿਸ ਵੀਡੀਓ ਐਜ਼ ਮੱਚ ਐਜ਼ ਪੋਸੀਬਲ ਥੈਂਕ ਯੂ ਸੋ ਮੱਚ ਐਵਨਾਈਟ